ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਦੇਸ਼ ਅਜਤੂ ਚਾਰ ਦਿਨਾਂ ਟਿਕਾ ਉਤਸਵ ਸ਼ੁਰੂ ਹੋ ਗਏ ਜਿਸ ਦੌਰਾਨ ਕੋਵਿਡ-19 ਟਿਕਾ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ ਜਾਵੇਗੀ ਦੇਸ਼ ਭਾਰ ਚੁਲ ਲਗਾਤਾਰ ਵੱਧਦੇ ਕਰੋਨਾ ਮਾਮਲਿਆਂ ਦਰਮਿਆਨ ਅਜ ਸਮਾਜ ਸੁਧਾਰਕ ਜੋਤੀਬਾ ਫੂਲੇ ਦੀ ਜਨਮਵਰੀ ਗਣ ਮੌਕੇ ਟਿਕਾ ਕਰਨ ਮਹਿੰਮ ਸ਼ੁਰੂ ਕੀਤੀ ਗਈ ਹੈ ਜੋ ਸੰਵਿਧਾਨ ਨਰਮਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ 14 ਅਪ੍ਰੈਲ ਨੂੰ ਜਨਮਵਰੀ ਗਣ ਮੌਕੇ ਮੁਕੰਮਲ ਹੋਵੇਗੀ ਟਿਕਾ ਉਤਸਵ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰੇਕ ਨੂੰ ਅਪੀਲ ਕੀਤੀ ਹੈ ਕਿ ਉਹ ਚਾਰ ਸਿਧਾਂਤਾਂ ਅਨੁਸਾਰ ਚੱਲਣ ਜਿਨ੍ਹਾਂ ਚ ਈਚ 1 ਵੈਕਸੀਨੇਟ 1 ਅਰ ਜੋ ਲੋਕ ਘੱਟ ਪੜੇ ਲਿਖੇ ਨੇ ਬਜ਼ੁਰਗ ਨੇ ਤੇ ਖੁਦ ਜਾ ਕੇ ਟੀਕਾ ਨਹੀਂ ਲਗਵਾ ਸਕਦੇ ਉਹਨਾਂ ਦੀ ਮਦਦ ਕਰੋ ਦੂਜਾ ਈਚ ਵਨ ਟ੍ਰੀਟ ਵਨ ਅਰਥਾਤ ਜਿਨ੍ਹਾਂ ਲੋਕਾਂ ਕੋਲ ਉਤਨੇ ਸਾਧਨ ਨਹੀਂ ਹਨ ਅਤੇ ਜਿਨ੍ਹਾਂ ਨੂੰ ਜਾਣਕਾਰੀ ਘਾਟੇ ਉਹਨਾਂ ਦੀ ਕਰੋਨਾ ਦੇ ਇਲਾਜ ਵਿੱਚ ਮਦਦ ਕਰੋ ਤੀਜਾ ਸਿਧਾਂਤ ਈਚ ਵਨ ਸੇ ਪੰ ਦੱਸਿਆ ਗਿਆ ਅਰਥਾਤ ਮੈਂਮੀ ਮਾਸਕ ਪਾਵਾ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਵੀ ਬਚਾਵਾ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਕਰਾਂ ਅਤੇ ਚੌਥੀ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਨੂੰ ਕਰੋਨਾ ਹੋਣ ਦੀ ਸਥਿਤੀ 'ਚ ਮਾਈਕਰੋ ਕਨਟੇਨਮੈਂਟ ਜ਼ੋਨ ਦੀ ਇਸ ਸਮਾਜ ਦੇ ਲੋਕਰਨ ਜਿੱਥੇ ਇੱਕ ਵੀ ਕਰੋਨਾ ਦਾ ਪੋਜ਼ਿਟਿਵ ਕੇਸ ਆਇਆ ਉੱਥੇ ਪਰਿਵਾਰ ਸਮਾਜ ਦੇ ਲੋਕ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਕਾ ਉਤਸਵ ਨੂੰ ਕਰੋਨਾ ਮਹਾਮਾਰੀ ਵਿਰੁੱਧ ਦੂਜੀ ਵੱਡੀ ਜੰਗ ਦੀ ਸ਼ੁਰੂਆਤ ਕਰਾਰ ਦਿੱਤਾ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਟੀਕਿਆਂ ਦੀ ਬਰਬਾਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਅਤੇ ਲੋੜਵੰਦ ਤੇ ਲਾਪਤਰੀ ਟੀਕਾ ਜ਼ਰੂਰ ਲਗਵਾਉਣ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਮਾਰੀ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਅਸੀਂ ਖਾਸ ਲੋੜ ਤੋਂ ਬਿਨਾਂ ਕਰਾਂ ਤੋਂ ਬਾਹਰ ਨਾ ਜਾਈਏ ਪ੍ਰਧਾਨ ਮੰਤਰੀ ਨੇ ਪਰਿਵਾਰ ਚ ਟੀਕਾ ਲਗਵਾਉਣ ਦੀ ਜ਼ਿੰਮੇਵਾਰੀ ਵਰੀਕਾਰਦੀਆਂ ਮਹਿਲਾਵਾਂ ਨੂੰ ਸੰਭਾਲਣ ਦੀ ਅਪੀਲ ਕੀਤੀ ਉਹਨਾਂ ਵਿਸ਼ਵਾਸ ਜਤਾਇਆ ਕਿ 4 ਦਿਨ ਦੇ ਟੀਕਾ ਉਤਸਵ ਦੌਰਾਨ ਨਜੀ ਸਮਾਜਿਕ ਤੇ ਪ੍ਰਸ਼ਾਸਨਿਕ ਤੇ ਰਾਸ਼ਟਰਪਤੀ ਜਨਪਾਗੀਦਾਰੀ ਨਾਲ ਕਰੋਨਾ ਵਿਰੁੱਧ ਲੜਾਈ 'ਚ ਵੱਡੀ ਸਫਲਤਾ ਹਾਸਲ ਕੀਤੀ ਜਾ ਸਕੇਗੀ ਭਾਰਤ 85 ਦਿਨਾਂ ਦੇ ਰਿਕਾਰਡ ਸਮੇਂ ਵਿੱਚ 10 ਕਰੋੜ ਤੋਂ ਵੱਧ ਕਰੋਨਾ ਵੈਕਸੀਨ ਦੇਣ ਵਾਲਾ ਵਿਸ਼ਵ ਦਾ ਮੋਹਰੀ ਦੇਸ਼ ਬਣ ਗਿਆ ਹੈ ਇਸ ਤਰ੍ਹਾਂ ਭਾਰਤ ਨੇ ਵਿਸ਼ਵ ਦੇ ਸਭ ਤੋਂ ਵੱਡੇ ਕੋਵਿਡ ਟੀਕਾకరణ અભિયાન 'ਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਨੁਸਾਰ 85 ਦਿਨਾਂ ਦੇ ਰਿਕਾਰਡ ਸਮੇਂ 'ਚ ਭਾਰਤ ਵਿੱਚ ਕੋਈ 10 ਕਰੋੜ 16 ਲੱਖ ਕਰੋਨਾ ਟੀਕੇ ਲਗਾਏ ਜਾ ਚੁੱਕੇ ਨੇ ਬੀਤੇ 24 ਘੰਟਿਆਂ ਦੌਰਾਨ 35 ਲੱਖ ਤੋਂ ਵੱਧ ਲਾਪਤਰੀਆਂ ਦਾ ਕੋਵਿਡ ਟੀਕਾਕਰਨ ਕੀਤਾ ਗਿਆ ਦੇਸ਼ ਭਰ 'ਚ ਅੱਜ ਤੋਂ ਸ਼ੁਰੂ ਹੋਏ ਚਾਰ ਰੋਜ਼ਾ ਟੀਕਾ ਉਤਸਵ ਮਹਿੰਮ ਸ਼ੁਰੂ ਹੋਣ ਨਾਲ ਟੀਕਾ ਕਰਨ ਦੀ ਰ ਹੋਰ ਤੇਜ਼ ਹੋਵੇਗੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਤੋਂ ਠੀਕ ਹੋਣ ਵਾਲਾ ਪ੍ਰਤੀਸ਼ਤ ਕੁਝ ਕੱਟ ਕੇ 90.44% ਤੇ ਆ ਗਿਆ ਹੈ 24 ਘੰਟਿਆਂ ਦੌਰਾਨ 90000 ਤੋਂ ਵੱਧ ਲੋਕਾਂ ਨੂੰ ਸਿਹਤ ਯਬ ਹੁਣ ਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੁਣ ਤੱਕ ਦੇਸ਼ ਵਿੱਚ ਕੁੱਲ 1 ਕਰੋੜ 20 ਲੱਖ ਤੋਂ ਵੱਧ ਲੋਕ ਕਰੋਨਾ ਮੁਕਤ ਹੋ ਚੁੱਕੇ ਨੇ ਬੀਤੇ 24 ਘੰਟਿਆਂ ਦੌਰਾਨ 1,52,879 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਨੇ ਮਹਾਨ ਸਮਾਜ ਸੁਧਾਰਕ ਅਤੇ ਚਿੰਤਕ ਮਹਾਤਮਾ ਜੋਤੀਬਾ ਫੂਲੇ ਨੂੰ ਅੱਜ ਉਹਨਾਂ ਦੀ ਜਨਮ ਵਰੇਗਣ ਮੌਕੇ ਨੇ ਕੀਆਂ ਸ਼ਰਧਾਂਜਲੀਆ ਪੇਨਕੀਆਂ ਜਾ ਰਹੀਆਂ ਨੇ ਆਪਣੇ ਸੁਨੇਹੇ ਚੋਪ੍ਰਾਸ਼ਟਪਤੀ ਐਮ ਵੈਂਕਈਆ ਨਾਇਡੂ ਨੇ ਜੋਤੀਬਾ ਫੂਲੇ ਨੂੰ ਦੇਸ਼ ਵਿੱਚ ਮਹਿਲਾਵਾਂ ਦੀ ਸਿੱਖਿਆ ਦਾ ਮੋਢੀ ਅਤੇ ਜਾਤੀ ਪ੍ਰਥਾ ਅਤੇ ਛੂਤ-ਛਾਤ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਾਲੀ ਇੱਕ ਮਹਾਨ ਸ਼ਖਸੀਅਤ ਘਰਾੜ ਦਿੱਤਾ ਉਹਨਾਂ ਕਿਹਾ ਕਿ ਸਮਾਜ ਸੁਧਾਰ ਦੀ ਦਿਸ਼ਾ 'ਚ ਮਹਾਤਮਾ ਫੂਲੇ ਦੇ ਸਦੀਵੀ ਯੋਗਦਾਨ ਨੂੰ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਾਤਮਾ ਜੋਤੀਬਾ ਫੂਲੇ ਨੂੰ ਗਿਆ ਸ਼ਰਧਾਂਜਲੀਆ ਪੇਨਕੀਆਂ ਉਨਾ ਜੋਤੀਬਾ ਫੂਲੇ ਨੂੰ ਇੱਕ ਮਹਾਨ ਸਮਾਜ ਸੇਵਕ, ਪਰਉਪਕਾਰੀ, ਚੰਤਕ, ਫਿਲਾਸਫਰ ਅਤੇ ਉੱਗੇ ਲੇਖਕ ੜਾਰ ਦਿੱਤਾ। ਉਹਨਾਂ ਕਿਹਾ ਕਿ ਮਹਾਤਮਾ ਫੂਲੇ ਆਪਣੀ ਸਾਰੀ ਜ਼ਿੰਦਗੀ ਮਹਿਲਾਵਾਂ ਦੇ ਸ਼ਕਤੀਕਰਨ ਅਤੇ ਉਹਨਾਂ ਦੀ ਸਿੱਖਿਆ ਲਈ ਸਮਰਪਿਤ ਰਹੇ। ਨਰੇਂਦਰ ਮੋਦੀ ਨੇ ਕਿਹਾ ਕਿ ਮਹਾਤਮਾ ਫੂਲੇ ਦੇ ਸਮਰਪਣ ਅਤੇ ਸਮਾਜ ਸੁਧਾਰ ਲਈ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਰਹਿਣਗੀਆਂ। ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਦੌਰਾਨ ਅਤਵਾਦੀਆਂ ਨੂੰ ਠੇਰ ਕਰ ਦਿੱਤੇ ਅਤਵਾਦੀਆਂ ਦੇ ਮਾਰੇ ਜਾਣ ਨਾਲ ਸ਼ੋਪੀਆ ਵਿੱਚ ਪਿਛਲੇ 2 ਦਿਨਾਂ ਦੌਰਾਨ ਸੁਰੱਖਿਆ ਬਲਾਂ ਤੋਂ ਮਾਰੇ ਗਏ ਅਤਵਾਦੀਆਂ ਦੀ ਗਿਣਤੀ 8 ਹੋ ਗਈ ਹੈ ਪੁਲਿਸ ਦੇ ਇੱਕ ਬੁਲਾਰੇ ਨੇ ਸ਼੍ਰੀਨਗਰ ਚ ਦੱਸਿਆ ਕਿ ਸੁਰੱਖਿਆ ਬਲਾਂ ਨੇ ਇੱਕ ਪੁਖਤਾ ਸੂਚਨਾ ਮਿਲਣ ਤੇ ਕਿ ਕੋਜਾਤਵਾਦੀ ਸ਼ੋਪੀਆ ਦੇ ਹਾਦੀਪੁਰਾ ਇਲਾਕੇ ਵਿੱਚ ਲੁਕੇ ਹੋਏ ਨੇ ਇਲਾਕੇ ਨੂੰ ਘੇਰਾ ਪਾਲਿਆ ਤੇ ਜਦੋਂ ਉਨ੍ਹਾਂ ਅਤਵਾਦੀਆਂ ਦੇ ਲੁਕਣ ਟਿਕਾਣੇ 'ਤੇ ਮਲਬਦਨਾ ਸ਼ੁਰੂ ਕੀਤਾ ਤਾਂ ਅਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ 'ਚ ਇੱਕ ਅ ਉਹ ਲਾਊਡ ਸਪੀਕਰ ਆਹੀ ਹਥਿਆਰ ਸੁੱਟਣ ਲਈ ਕਿਹਾ ਪਰ ਉਹਨਾਂ ਨੇ ਗੋਲੀਆਂ ਚਲਾਉਣੀਆਂ ਜਾਰੀ ਰੱਖੀਆਂ ਹਨੇਰਾ ਹੋਣ ਤੇ ਸੁਰੱਖਿਆ ਬਲਾਂ ਨੇ ਆਪਰੇਸ਼ਨ ਬੰਦ ਕਰ ਦਿੱਤਾ ਅਤੇ ਅੱਜ ਫੇਰੇ ਮੋੜ ਤੋਂ ਆਪਰੇਸ਼ਨ ਸ਼ੁਰੂ ਕੀਤਾ ਜਿਸ ਦੌਰਾਨ ਦੋ ਅਤਵਾਦੀ ਮਾਰੇ ਗਏ ਉਦਰੀ ਖੋਰ ਕਟਨਾਚਨੰਤਨਾ ਜ਼ਿਲ੍ਹੇ ਦੇ ਬੀਜ ਬਿਹਰਾ ਵਿੱਚ ਅੱਜ ਫੇਰੇ ਹੋਏ ਇੱਕ ਹੋਰ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅਤਵਾਦੀ ਨੂੰ ਟੀਰਕਾਰ ਦਿੱਤਾ ਇਸੇ ਇਲਾਕੇ ਵਿੱਚ ਅਤਵਾਦੀਆਂ ਨੇ 9 ਅਪ੍ਰੈਲ ਨੂੰ ਟੈਰੀਟੋਰੀਅਲ ਆਰਮੀ ਦੇ ਇੱਕ ਜਵਾਨ ਨੂੰ ਸ਼ਹੀਦ ਕਰ ਦਿੱਤਾ ਸੀ DD ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNYU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਬੁਲੇਟਿਨ RNYU ਜਲੰਧਰ ਦੇ Twitter ਹੈਂਡਲ ਅਤੇ Facebook ਪੇਜ ਤੇ ਉਪਲਬਧ ਨੇ ਤੇ ਇਸ ਦਿਨ ਲਈ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਨਮਸਕਾਰ